ਅਸਲਾਮ ਅਲੈਕਮ ਜੀ ਦੋਸਤੋ, ਮੈਂ ਬਾਬਰ ਅਮਰਾਦ, ਤੁਸੀਂ ਵੇਖ ਰਹੇ ਹੋ ਦੋਸਤਾਨਾ ਪੀਜਨ ਜ਼ਮਰਾ ਯੂਟਿਊਬ ਚੈਨਲ ਅਤੇ ਛੱਤ 'ਤੇ ਮੀਆਂ ਸਈਦ ਸਾਹਿਬ ਵਾਲੀ ਜਨਾਬ ਇੱਥੇ ਅੱਜ ਆਏ ਹਾਂ। ਬੜਾ ਵਧੀਆ ਮੌਸਮ ਹੈ, ਗਰਮੀ ਸ਼ਰਮੀ ਬਿਲਕੁਲ ਖਤਮ ਹੋ ਚੁੱਕੀ ਹੈ ਅਤੇ ਇਹ ਦਿਨ ਵਾਹਵਾ ਨਾ ਬਾਰਿਸ਼ਾਂ ਦੱਸਦੇ ਨੇ। ਅਤੇ ਪਿਛਲੇ ਦਿਨਾਂ ਵਿੱਚ ਜਦੋਂ ਇਸ ਛੱਤ 'ਤੇ ਆਏ ਹਾਂ, ਉਹਨਾਂ ਦਿਨਾਂ ਵਿੱਚ ਬਹੁਤ ਥੋੜ੍ਹੇ ਕਬੂਤਰ ਹੈ ਅਤੇ ਫਿਲਹਾਲ ਬਹੁਤ ਬੱਚੇ ਛੱਚੇ ਲਿਆ ਕੇ ਨਾ ਮਾਸ਼ਾਅੱਲਾ, ਅੱਗੋਂ ਅਗਲੇ ਵਿਸਾਖ ਜੇਠ ਦੀਆਂ ਬਾਜ਼ੀਆਂ ਵੀ ਨੇ ਅਤੇ ਇਹਨਾਂ ਕਬੂਤਰ ਵਾਹਵਾ 200 ਹੈ ਨਾ, ਕਿੰਨੇ ਕੁ ਨੇ? 200 ਬੱਚਾ ਹੋ ਗਿਆ ਤੇ ਇਹ ਅੱਜ ਲੈਣ ਗਏ ਨੇ। ਜੇ ਤੇ ਦੋਸਤੋ ਇੱਥੇ ਹੁੰਦਿਆਂ ਮੀਆਂ ਜੁਨੇਦ ਸਾਹਿਬ ਤਸ਼ਰੀਫ ਲੈ ਆਏ ਅਤੇ ਉਹ ਬੱਚੇ ਵੀ ਤੁਹਾਨੂੰ ਦਿਖਾਉਂਦੇ। ਬਾਕੀ ਇਹ ਜਿਹੜੇ ਤਕਰੀਬਨ 200 ਹੋ ਗਿਆ, ਪਿਛਲੇ ਦਿਨਾਂ ਵਿੱਚ ਜਦੋਂ ਆਏ ਟੋਟਲ 30-35 ਨਾ ਗਏ ਛੋਟੇ ਵੱਡੇ ਰਲਾ ਕੇ, ਅਤੇ ਬੜੀਆਂ ਜਗ੍ਹਾ 'ਤੇ ਮਾਸ਼ਾਅੱਲਾ ਇਹਨਾਂ ਬੱਚੇ ਆਉਂਦੇ ਨੇ। ਕੋਈ 2 ਵਾਰੀ ਫੈਸਲਾਬਾਦ ਤੋਂ, ਪਿੱਪਲਾਂ 'ਤੇ, ਹੋਰ ਕਿੱਥੋਂ ਕਿੱਥੋਂ ਆਉਂਦੇ, ਲਾਹੌਰੋਂ ਆਉਂਦੇ ਕੁਝ, ਚਾਚੇ ਰਿਆਜ਼ ਵਾਲੇ, ਤੇ ਇਸ ਟਾਈਮ ਕਹਿੰਦੇ ਨੇ 200-250 ਬੱਚਾ ਹੈ। ਤੇ ਕੀ ਤਿਆਰੀ ਕਰ ਰਹੇ ਹੋ ਜਨਾਬ? ਬੱਚੇ ਅਸੀਂ ਕੋਈ ਫੇਰ ਲਏ ਨੇ, ਸਹੀ ਹੈ, ਫੇਰ ਕੇ ਲਾਪਰ ਛੜੇ ਨੇ, ਕੋਈ ਫੇਰਨੇ ਆ ਫਿਰ ਨਵੇਂ ਜਿਹੜੇ ਬੱਚੇ। ਤੇ ਰਾਤ ਵਾਸਤੇ ਕੋ ਨਹੀਂ ਉੱਪਰ ਟਰਾਈ ਕਰਦੇ? ਰਾਤ ਵਾਸਤੇ ਵੀ ਨਾਲ ਹੀ ਟਰਾਈ ਕਰਦੇ, ਲਾਪਰੇ ਜਿਹੜੇ ਨੇ ਰਾਤੀ ਲੈਟ ਤੇ ਕੱਢੀ ਦੇ, ਦਾਣਾ ਛਾਣਾ ਲੈਟ ਤੇ ਪਾਈ ਦੇ। ਸਹੀ ਹੈ। ਤੇ ਜਨਾਬ ਤਕਰੀਬਨ ਇੰਤਜ਼ਾਰ ਵੀ ਕਰਨੇ ਆ, ਅਸੀਂ 10 ਮਿੰਟ ਬਹਿੰਦੇ ਹਾਂ, ਜੇ ਤੇ ਮੀਆਂ ਜੁਨੇਦ ਆਲਮ ਸਾਹਿਬ ਆ ਗਏ ਨਾ ਸਾਡੇ ਹੁੰਦਿਆਂ ਤੇ ਇਨਸ਼ਾਅੱਲਾ ਉਹ ਬੱਚੇ ਤੁਹਾਨੂੰ ਦਿਖਾਉਂਦੇ ਆ ਜਿਹੜੇ ਨਵੇਂ ਆਏ ਹੋਏ। ਤੇ ਬਾਕੀ ਇਹਨਾਂ ਨੂੰ ਵੀ ਕੈਮਰਾ ਮਾਰਾਂਗੇ, ਦੇਖਾਂਗੇ ਕਿ ਕੁਝ ਕੈਸੇ ਨੇ ਵਿੱਚ ਕੋਈ ਬੱਚੇ ਜਿਹੜੇ ਨਵੇਂ ਆਏ ਨੇ, ਮੈਨੂੰ ਸ਼ੱਕ ਫੈਸਲਾਬਾਦ ਤੇ ਆਏ ਨੇ, ਉਹ ਕੋਈ ਖਜਕੇ ਵੀ ਕਹਿੰਦੇ ਨੇ, ਫਿਰ ਤੇ ਜੋ ਨਵੇਂ ਰਲਦੇ ਰਹਿਣ ਫਿਰ ਖਜਕਦੇ ਤੇ ਆਏ ਨੇ, ਤੇ ਉਹਨਾਂ ਵਿੱਚੋਂ ਹੀ ਦੱਸਦੇ ਨੇ ਪਏ ਬਈ ਪਹਿਲਾਂ ਹੀ ਕੋਈ ਖਜਕੇ ਹੈ, ਬੱਚੇ ਠੀਕ ਨਹੀਂ ਹੈ। ਬਹਰਹਾਲ ਹੁਣ ਬਕਾਇਆ ਵੇਖਨੇ ਆ, ਦੂਜੇ ਬੱਚੇ ਅਗਰ ਆਉਂਦੇ ਨੇ ਤੇ ਉਹ ਬਕਾਇਦਾ ਤੁਹਾਨੂੰ ਉਹਨਾਂ ਦੀ ਅਨਬਾਕਸਿੰਗ ਦਿਖਾਉਂਦੇ ਆ। ਇਹ ਜਨਾਬ ਕੁਝ ਛੱਤ ਔਰ ਬੱਚਿਆਂ ਦਾ ਮਾਹੌਲ। ਇਹ ਡੇਰੇ ਦਾ ਮਾਹੌਲ, ਬਹੁਤ ਹੀ ਵਧੀਆ ਡੇਰਾ ਬਣਿਆ ਮਾਲ ਡੰਗਰ ਵਾਲਾ। ਇਹ ਸੇਮ ਨਾਲੇ ਦੇ ਨਾਲ ਡੇਰਾ ਤੇ ਇਹ ਸੜਕ ਉੱਤੇ ਮੀਆਂ ਜੁਨੇਦ ਸਾਹਿਬ ਆ ਰਹੇ ਨੇ, 2-3 ਮਿੰਟ ਤੱਕ ਕਹਿੰਦੇ ਨੇ ਪਹੁੰਚ ਰਹੇ ਆ। ਇਹ ਵੇਖਿਆ ਜੀ ਗੱਡੀ ਭਰੀ ਕੇ ਆਈ ਹੈ, ਟੋਕਰੀਆਂ ਸਟ੍ਰਾਬਰੀ ਵਾਲੀਆਂ, ਇਹ 2 ਉੱਪਰ ਆ ਚੁੱਕੀਆਂ ਨੇ, ਬੜੇ ਟੋਕਰੇ ਭਰ ਭਰ ਕੇ ਲਈ ਆਉਂਦੇ ਹੋ ਮੀਆਂ ਸਾਹਿਬ। ਵੱਖਰੇ ਸੱਚੀ ਨੇ ਅਲਹਮਦੁਲਿਲਾ।
ਇੱਕ ਪਿੰਜਰਾ ਪੂਰਾ ਖਾਲੀ ਕੀਤੇ ਨੇ ਜੀ, ਇਹਨਾਂ ਵਾਸਤੇ ਚਾਰ ਕਾਟਨ ਨੇ। ਬਾਹਰ ਨਿਕਲਣੇ ਸ਼ੁਰੂ ਹੋ ਗਏ, ਮਾਸ਼ਾਅੱਲਾ ਮਾਸ਼ਾਅੱਲਾ। ਇਹ ਬੱਚੇ ਨੇ ਜਨਾਬ 40 ਕੁ ਬੱਚੇ ਨੇ ਫੈਸਲਾਬਾਦ ਤੇ ਆਏ ਨੇ ਮਾਸ਼ਾਅੱਲਾ। ਮਾਲਕ ਨੇ ਘਟਾਣੇ ਨੇ, ਮੈਂ ਨਹੀਂ ਘਟਾਣੇ। ਅੱਲਾ ਕਰੇ ਅੱਛੇ ਹੀ ਨਿਕਲਣ। ਇੱਕ ਬੱਚਾ ਉੱਡ ਕੇ ਬਾਹਰ ਨਿਕਲ ਗਿਆ, ਜਵਾਨ ਬਾਹਰ ਨਿਕਲਣ ਲੱਗਾ ਉਹਦੇ ਨਾਲ ਹੀ ਜੋ ਸਿਰਾਜ। ਇਹ ਬੱਚੇ ਨੇ ਜਨਾਬ ਸਾਰੇ ਆਲਾ ਬਾਹਰ ਨਿਕਲਿਆ ਤੇ ਬਹਿ ਗਿਆ ਲੱਗਦਾ ਹੈ ਪੀੜਾ ਤਹਿ ਦਾ। ਆਹੀਏ ਨਵੇਂ ਨਵੇਂ ਨੇ, ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਕਿੱਥੇ ਬਹਿਣਾ ਤੇ ਕਿੱਥੇ ਰਹਿਣਾ। ਅੱਗੋਂ ਪਿੰਜਰਿਆਂ ਦੇ ਰੰਗਾਂ ਦਾ ਵੀ ਫਰਕ ਹੁੰਦਾ। ਸਾਰੇ ਜਵਾਨ ਸ਼ੋਕ ਕਰ ਰਹੇ ਨੇ। ਫਿਲਹਾਲ ਦੋਸਤੋ ਇਹ ਵੀਡੀਓ ਇੰਨੀ, ਕਿਉਂਕਿ ਬੱਚੇ ਤਾਜ਼ੇ ਤਾਜ਼ੇ ਹੀ ਆਏ ਨੇ, ਇਹ ਬੱਚੇ ਥੋੜੇ ਖਜਕੇ ਨੇ। ਮੈਂ ਨਹੀਂ ਚਾਹੁੰਦਾ ਕਿ ਇਹਨਾਂ ਨੂੰ ਫੜ ਕੇ ਬਕਾਇਦਾ ਵੇਖਿਆ ਜਾਏ। ਸਹੀ ਹੈ ਜੀ, ਖੁਦਾ ਹਾਫਿਜ਼।